ਬਸ ਚੱਲ ਰੋ ਕੇ ਨੂੰ ਯਾਰ ਸੋਨੂੰ ਰੋ ਕੇ ਨੂੰ ਯਾਰ ਚੱਲ ਬਸ ਬਸ ਨਾਬਾਲਗ ਨੇ ਇੱਕ ਵੱਡੇ ਹਾਦਸੇ ਨੂੰ ਅੰਜਾਮ ਦਿੱਤਾ ਹੈ। ਗੱਡੀ ਦਾ ਐਕਸੀਲੇਟਰ ਦਬਾਇਆ ਜਿਸ ਤੋਂ ਬਾਅਦ ਗੱਡੀ ਸਪੀਡ ਫੜ ਲੈਂਦੀ ਹੈ ਤੇ ਦੋ ਪਹੀਆ ਵਾਹਨਾਂ ਦੇ ਵਿੱਚ ਜਾ ਟਕਰਾਉਂਦੀ ਹੈ। ਜਿੱਥੇ ਦੋ ਪਹੀਆ ਵਾਹਨਾਂ ਦਾ ਨੁਕਸਾਨ ਹੁੰਦਾ ਹੈ ਉੱਥੇ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਜਿਵੇਂ ਹੀ ਇਹ ਨਾਬਾਲਗ ਨੌਜਵਾਨ ਲੋਕਾਂ ਦੇ ਅੜਿੱਕੇ ਚੜਿਆ ਤਾਂ ਇਸਦੀ ਖੂਬ ਛਿੱਤਰ ਫਰੇਡ ਹੋਈ। ਕੱਪੜੇ ਤੱਕ ਜੇਬ ਫਾੜ ਦਿੱਤੇ ਗਏ। ਇਸ ਨੌਜਵਾਨ ਨੇ ਖਰਬੂਜਿਆਂ ਵਾਲੀ ਰੇਹੜੀ ਦਾ ਵੀ ਕਾਫੀ ਨੁਕਸਾਨ ਕੀਤਾ। ਸੜਕ ਤੇ ਖਰਬੂਜੇ ਹੀ ਖਰਬੂਜੇ ਕਰ ਦਿੱਤੇ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਗੱਡੀ ਤੇਜ਼ ਰਫ਼ਤਾਰ ਨਾਲ ਆਉਂਦੀ ਹੈ ਤੇ ਖੜੇ ਹੋਏ ਵਾਹਨਾਂ ਨੂੰ ਟੱਕਰ ਮਾਰਦੀ ਹੈ, ਜਿਸ ਕਾਰਨ ਦੋ ਪਹੀਆ ਵਾਹਨ ਨੁਕਸਾਨੇ ਜਾਂਦੇ ਨੇ ਤੇ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ। ਪਟਿਆਲਾ 'ਚ ਨਾਬਾਲਗ ਨੇ ਇਹ ਵੱਡਾ ਕਾਂਡ ਕੀਤਾ ਹੈ। ਗੁੜ ਮੰਡੀ ਦੇ ਵਿੱਚ ਸਟਾਰਟ ਕਰਕੇ ਖੜੀ ਗੱਡੀ ਦੇ ਵਿੱਚ ਆ ਕੇ ਜਦੋਂ ਇਹ ਬੈਠਦਾ ਤਾਂ ਨਾਬਾਲਗ ਨੇ ਐਕਸੀਲੇਟਰ ਦਬਾ ਦਿੱਤਾ, ਜਿਸ ਦੇ ਚੱਲਦੇ ਗੱਡੀ ਚੱਲ ਪੈਂਦੀ ਹੈ ਤੇ ਉਹ ਖੜੇ ਹੋਏ ਦੋ ਪਹੀਆ ਵਾਹਨਾਂ ਦੇ ਵਿੱਚ ਜਾ ਟਕਰਾਉਂਦੀ ਹੈ ਤੇ ਖੰਭੇ ਨੂੰ ਵੀ ਤੋੜ ਦਿੰਦੀ ਹੈ। ਗਨੀਮਤ ਇਹ ਰਹੀ ਕਿ ਉਸ ਤੋਂ ਬਾਅਦ ਗੱਡੀ ਰੁਕ ਜਾਂਦੀ ਹੈ ਤੇ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ, ਜਿਸ ਤੋਂ ਬਾਅਦ ਲੋਕਾਂ ਨੇ ਗੱਡੀ ਲੈ ਕੇ ਆਏ ਨੌਜਵਾਨ ਦੀ ਖੂਬ ਛਿੱਤਰ ਪਰੇਡ ਕੀਤੀ। ਪਟਿਆਲਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨੌਜਵਾਨ ਦੇ ਵੱਲੋਂ ਇਹ ਹਾਦਸਾ ਹੁੰਦਾ ਹੈ, ਵੱਡਾ ਕਾਂਡ ਹੁੰਦਾ ਹੈ, ਜਿਸ ਤੋਂ ਬਾਅਦ ਪਟਿਆਲਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨਾਬਾਲਗ ਵੱਲੋਂ ਇਸ ਹਾਦਸੇ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਾਣੇ ਅਣਜਾਣੇ ਦੇ ਵਿੱਚ ਐਕਸੀਲੇਟਰ ਦਬਾ ਦਿੱਤਾ ਜਾਂਦਾ ਹੈ ਗੱਡੀ ਦਾ, ਜਿਸ ਤੋਂ ਬਾਅਦ ਗੱਡੀ ਸਪੀਡ ਫੜ ਲੈਂਦੀ ਹੈ ਤੇ ਸੜਕ ਤੇ ਖੜੇ ਦੋ ਪਹੀਆ ਵਾਹਨਾਂ ਦੇ ਵਿੱਚ ਜਾ ਕੇ ਇਹ ਗੱਡੀ ਟਕਰਾ ਜਾਂਦੀ ਹੈ ਤੇ ਖੰਭਾ ਵੀ ਤੋੜ ਦਿੰਦੀ ਹੈ। ਇਸ ਤੋਂ ਇਲਾਵਾ ਖਰਬੂਜਿਆਂ ਵਾਲੀ ਰੇਹੜੀ ਦਾ ਵੀ ਇਸ ਵੱਲੋਂ ਨੁਕਸਾਨ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਇਹ ਨੌਜਵਾਨ ਲੋਕਾਂ ਦੇ ਅੜਿੱਕੇ ਚੜ ਜਾਂਦਾ ਹੈ ਤੇ ਉਸਦੀ ਬੁਰੀ ਤਰ੍ਹਾਂ ਛਿੱਤਰ ਪਰੇਡ ਕੀਤੀ ਜਾਂਦੀ ਹੈ। ਬਸ ਚੱਲ ਰੋ ਕੇ ਨੂੰ ਯਾਰ ਸੋਨੂੰ ਰੋ ਕੇ ਨੂੰ ਯਾਰ ਚੱਲ ਬਸ ਬਸ